ਰਜਿੰਦਰ ਸਿੰਘ 베ਦੀ ਦੀਆਂ શ્રેਸ਼ਟ ਕਹਾਣੀਆਂ ਮੁੱਖ ਸੰਪਾਦਕ ਡਾਕਟਰ ਐਸ ਤਰਸੀਮ ਮਹਿਮਾਨ ਸੰਪਾਦਕ ਮਹਿੰਦਰ ਸਿੰਘ 베ਦੀ ਕਹਾਣੀ ਹੈ ਜ਼ਿਕਰੋਂ ਬਾਰੇ ਡੋਗਰਾ ਹਵਾਲਦਾਰ ਨੇ ਟਿਊਨਿਕ ਦੇ ਕਲਰ ਖੜੇ ਕਰ ਲਏ ਬੰਦੂਕ ਮੋਢੇ ਤੇ ਟੰਗੀ ਤੇ ਖਾਕੀ ਲਿਬਾਦੇ ਦੇ ਬਟਨਾਂ ਨੂੰ ਕਾਜ ਚ ਫਸਾਉਂਦਿਆਂ ਹੋਇਆ ਪੁੱਛਿਆ ਕਿਉਂ ਬਈ ਹੁਣ ਤੁਹਾਡੇ ਚ ਕਿਹੜਾ ਕਿਹੜਾ ਬੋਲੇਗਾ ਤੇ ਲਗਭਗ ਅੱਧੀ ਕਿਉਂ ਦਰਜਨ ਆਵਾਜ਼ਾਂ ਦਾ ਹੜੀ ਆ ਗਿਆ ਸੀ ਅਸੀਂ ਜੀ ਯਾਨੀ ਕਿ ਅਸੀਂ ਰੰਗਪੁਰ ਦੇ ਦੱਖਣ ਵਾਲੇ ਪਾਸੇ 20 ਕੁ ਵੱਧ ਠੱਠੇ ਮਕਾਨ ਖੜੇ ਸਨ ਦੂਰ ਦੂਰ ਤਾਈ ਫਾਰਮ ਦੀ ਕਪਾ ਆਪਣੇ ਚਿੱਟੇ ਦੰਦ ਕੱਢੀ ਇਲਾਕੇ ਦੀਆਂ ਜਵਾਨ ਤੇ ਬੁੱਢੀਆਂ ਧੀਮੀਆਂ ਵਾਂਗ ਉਹਨਾਂ ਦਾ ਮੂੰਹ ਚੜਾ ਰਹੀ ਸੀ ਜਿਵੇਂ ਉਹਨੂੰ ਵੀ ਭਰਤੀ ਵਾਲਿਆਂ ਨਾਲ ਨਫ਼ਰਤ ਹੋਵੇ ਹਰੇ ਪੀਲੇ ਪੱਤਿਆਂ ਵਿੱਚ ਘਰ ਲਮਕਦੇ ਢਿੰਡੇ ਉਹਦੇ ਹੰਝੂਆਂ ਵਾਂਗ ਜਾਪਦੇ ਸਨ ਰੰਗਪੁਰ ਜਰਨੇਲੀ ਸੜਕ ਲਾਗੇ ਵਸਿਆ ਇੱਕ ਪਿੰਡ ਸੀ ਦੂਰੋਂ ਹੀ ਮਸਜਿਦ ਦੇ ਮਿਨਾਰੇ ਤੇ ਸਿੱਖਾਂ ਦੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਬੱਦਲਾਂ ਦੀ ਪੂਰੀ ਸਫੈਦੀ ਵਿਰੁੱਧ ਪੀਲਾ ਪੀਲਾ ਤੇ ਤਣਿਆ ਹੋਇਆ ਦਿਸਣ ਲੱਗ ਪੈਂਦਾ ਸੀ ਜਿਵੇਂ ਧਾਰਮਿਕ ਸਥਾਨ ਪਿੰਡ ਦੇ ਰਿਹਾਇਸ਼ੀ ਮਕਾਨਾਂ ਦੇ ਇਤਿਹਾਸ ਤੋਂ ਪਹਿਲਾਂ ਹੀ ਇੱਥੇ ਬਣ ਗਏ ਹੋਣ ਪਰ ਜੱਥੇ ਵਾਲੇ ਖੁਸ਼ ਸਨ ਮੁਸਲਮਾਨ ਮਸਜਿਦ ਵਿੱਚੋਂ ਤੇ ਸਿੱਖ ਹਿੰਦੂ ਗੁਰਦੁਆਰੇ ਵਿੱਚੋਂ ਮੁਫਤ ਦਾ ਲੰਗਰ ਛੱਕ ਕੇ ਆਪਣਾ ਰੋਜ਼ਾਨਾ ਭੱਤਾ ਬਚਾ ਸਕਦੇ ਸਨ ਨਾਲੇ ਹਮੇਸ਼ਾ ਵਾਂਗ ਹੀ ਆਵਾਰਾ ਮੁਰਗੀਆਂ ਵੀ ਚਰਾਈਆਂ ਜਾ ਸਕਦੀਆਂ ਸਨ ਰਤਾ ਗਾਂਵ ਵਦੇ ਤਾਂ ਰੰਗਪੁਰ ਦੇ ਪਾਲੀ ਨਜ਼ਰ ਆਉਣ ਲੱਗ ਪਏ ਉਹ ਪਸ਼ੂਆਂ ਨੂੰ ਖਾਲੀ ਵਿੱਚੋਂ ਹਿੱਕ ਕੇ ਜਰਨੈਲੀ ਸੜਕ ਵੱਲ ਲੈ ਜਾਣਾ ਚਾਹੁੰਦੇ ਸੀ ਪਰ ਡੰਗਰ ਸੰਕੇ ਵਿਚਾਲੇ ਹੀ ਅੜੇ ਖਲੋਤੇ ਆਪਣੀ ਜੂਨ 'ਚ ਮਸਤ ਜੁਗਾਲੀ ਕਰ ਰਹੇ ਸਨ ਉਹਨਾਂ ਦੇ ਮੂੰਹਾਂ 'ਚ ਵੱਡੇ ਵੱਡੇ ਪਤਾਸੇ ਜੇ ਪਾਣੀ 'ਚ ਡਿੱਗਦੇ ਤੇ ਫੈਲ ਜਾਂਦੇ ਹੋ ਹੋ ਉਹ ਤੇਰੀ ਰੱਖਣ ਵਾਲੇ ਦੀ ਪਾਲੀ ਦੂਰ ਹੀ ਲਲਕਾਰਾ ਜਿਹਾ ਮਾਰਦੇ ਹੋ ਹੋ ਤੇ ਆਪਣੇ ਮੈਲੇ ਚਾਦਰਿਆਂ ਨੂੰ ਚੁੱਕ ਕੇ ਵੱਡੀ ਕੱਸੀ ਦੇ ਨਾਲ-ਨਾਲ ਤੁਰੇ ਜਾਂਦੇ ਠੰਡੇ ਪਾਣੀ 'ਚ ਪੈਰ ਧਰਨ ਦੀ ਕਿਸੇ 'ਚ ਹਿੰਮਤ ਨਾ ਹੁੰਦੀ ਤੇ ਫਿਰ ਅੱਜ ਤਾਂ ਪਹਾੜ ਵੱਲੋਂ ਕਟਾਰ ਦੀ ਧਾਰ ਵਰਗੀ ਤਿੱਖੀ ਚੀਰਵੀਂ ਠੰਡੀ ਹਵਾ ਵੀ ਚੱਲ ਰਹੀ ਸੀ ਜਥੇ ਦੇ ਆਦਮੀ ਗਰਮ ਸਰਕਾਰੀ ਪੋਸ਼ਾਕ ਵਿੱਚ ਕਿਸੇ ਮਹਿੰਗੀ ਸ਼ਰਾਬ ਦਾ ਆਨੰਦ ਮਾਣ ਰਹੇ ਸਨ ਸਿਪਾਹੀ ਪ੍ਰਦਮਨ ਸਿੰਘ ਨੇ ਕੂਚੀ ਵਾਟ ਉਤੇ ਖਲੋ ਕੇ ਪਿਛਾਂ ਵੱਲ ਦੂਰ ਤਾਈ ਨਿਗਾਹ ਮਾਰੀ ਤੇ ਬੋਲਿਆ ਅਜੇ ਤਾਂ ਧੂੜ ਵੀ ਨਹੀਂ ਦਿਸਦੀ ਭਰਤੀ ਅਫਸਰ ਦੀ ਮੋਟਰ ਆਏ ਤੇ ਪਤਾ ਨਾ ਲੱਗੇ ਤੇ ਮੂੜ ਉਹ ਸਾਰੇ ਕ ਜੀਵੰਦਾਜ਼ ਕਲਕਾਰੀਆਂ ਛੜਦੇ ਚਾਂਬੜਾ ਮਾਰਦੇ ਰੰਗਪੁਰ ਵੱਲ ਤੁਰ ਪਏ ਸਨ ਰੰਗਪੁਰ ਦਾ ਨੰਬਰਦਾਰ ਵੀ ਉਹਨਾਂ ਦੇ ਨਾਲ ਹੀ ਸੀ ਜ਼ਿਲ੍ਹੇ ਤੋਂ ਇੱਕ ਸਿੱਧਾ ਪਰਵਾਨਾ ਉਹਦੇ ਨਾਂ ਆਇਆ ਸੀ ਪਿਛਲੀ ਜੰਗ 'ਚ ਉਹਨਾਂ 104 ਆਦਮੀ ਭੇਜੇ ਸਨ ਜਿਨ੍ਹਾਂ ਦੀ ਬਹਾਦਰੀ ਤੇ ਕੁਰਬਾਨੀ ਦਾ ਪੱਥਰ ਕਿਸੇ ਸ਼ਹਿਰ ਦੇ ਅਜੀਬ ਘਰ 'ਚ ਪਿਆ ਅਜਾਇਬ ਘਰ 'ਚ ਪਿਆ ਸੀ ਐਤਕੀ ਵੀ ਉਹਨਾਂ ਨੇ 30-35 ਆਦਮੀ ਭੇਜੇ ਸਨ ਪਰ ਬਹੁਤ ਸਾਰੇ ਨੌਜਵਾਨ ਅਜੇ ਵੀ ਪਿੰਡ 'ਚ ਤੁਰੇ ਫਿਰਦੇ ਸਨ ਲੱਛੂ ਸਭ ਦੇ ਘਰੇਲੂ ਹਾਲਾਤ ਜਾਣਦਾ ਸੀ ਭਾਵੇਂ ਕਿ ਲੈਫਟੀਨੈਂਟੀ ਲਈ ਮਾੜੀ ਵਾਲਿਆਂ ਤੋਂ ਦੋ ਪੜੇ ਲਿਖੇ ਪਲੇ ਪਲਾਏ ਨੌਜਵਾਨਾਂ ਦੀ ਆਸ ਸੀ ਉਹਨੂੰ ਇਸ ਤੋਂ ਬਿਨਾਂ ਲੱਛੂ ਹੋਰ ਵੀ ਕਈ ਕੰਮ ਕਰਦਾ ਸੀ ਉਹਨੇ ਬਟੇਰੇ ਪਾਲੇ ਹੋਏ ਸੀ ਜਦੋਂ ਕਦੀ ਬਟੇਰਿਆਂ ਦੀ ਲੜਾਈ ਕਰਾਉਣੀ ਹੁੰਦੀ ਉਹਨਾਂ ਨੂੰ ਕਈ-ਕਈ ਦਿਨ ਭੁੱਖੇ ਰੱਖਦਾ ਸੀ ਉਹਨਾਂ ਦੀਆਂ ਚੁੰਝਾਂ ਬੰਨ੍ਹ ਦਿੰਦਾ ਤੇ ਉਹ ਗੁੱਸੇ 'ਚ ਭੜਕ ਕੇ ਹਰੇਕ ਆਪਣੇ ਬਗਾਨੇ ਨਾਲ ਲੜ ਮਰਨ ਲਈ ਤਿਆਰ ਹੋ ਜਾਂਦੇ ਸੀ। ਮਦਰੱਸੇ ਲਾਗੇ ਪਹੁੰਚ ਕੇ ਹੌਲਦਾਰ ਨੇ ਸਿਪਾਈ ਪ੍ਰਦਮਨ ਸਿੰਘ ਨੂੰ ਇੱਕ ਤੰਬੂ ਲਾਉਣ ਦਾ ਹੁਕਮ ਦਿੱਤਾ। ਰੰਗਪੁਰ ਦੇ ਕਮੀ ਕਮੀਨ ਨੰਬਰਦਾਰ ਦੇ ਇਸ਼ਾਰੇ ਨਾਲ ਹੀ ਬੌਕਰਾਂ ਝਾੜੂਆਂ ਦੀ ਬਜਾਈ ਆਪਣੇ ਮੂਖਿਆਂ ਨਾਲ ਹੀ ਜ਼ਮੀਨ ਸਾਫ਼ ਕਰਨ ਲੱਗ ਪਏ ਸਨ। ਕੀੜੇ ਮਕੌੜੇ ਤੇ ਭਖੜੇ ਦੇ ਕੰਡੇ ਚਬੂਤਰੇ ਤੋਂ ਸੁੱਟ ਦਿੱਤੇ ਗਏ। ਇਸ ਵੇਟੋਂ ਹਾਲਦਾਰ ਨੇ ਆਪਣੇ ਬੈਨ ਮਾਸਟਰ ਦੀ ਛਾਤੀ ਵਰਗੀ ਪਤਲੀ ਲੰਮੀ ਸਖਤ ਉਂਗਲ ਹਵਾ ਚ ਲਹਿਰਾਈ ਤੇ ਅਸਾਂ ਜੀ ਗਾਉਣ ਲੱਗ ਪਏ ਬਾਹਰ ਖੜੇ ਰੰਗਰੂਟ ਭਰਤੀ ਹੋ ਜਾ ਓਏ ਇੱਥੇ ਤੇ ਪਾਨਾ ਏ ਟੁੱਟੀਆਂ ਜੁੱਤੀਆਂ ਪਸ਼ੂਆਂ ਨੇ ਰਸੇ ਤੋੜਾਉਣੇ ਸ਼ੁਰੂ ਕਰ ਦਿੱਤੇ ਕਾਂ ਉੱਡ ਗਏ ਕੁੱਤੇ ਭੌਂਕਣ ਲੱਗ ਪਏ ਤੇ ਕੁਛ ਚਿਰ ਵਿੱਚ ਔਰਤਾਂ ਦਿਸਣ ਲੱਗ ਪਈਆਂ ਕੁਝ ਔਰਤਾਂ ਨੇ ਆਪਣੇ ਨਿੱਕੇ ਨਿਆਣਿਆਂ ਨੂੰ ਕੁੱਛੜ ਚੁੱਕਿਆ ਸੀ ਪਰ ਉਹ ਰਤਾ ਦੂਰੀ ਖੜੀਆਂ ਸਨ ਪਿੰਡ ਦੇ ਜੱਟ ਹੱਥਾਂ 'ਚ ਦਾਤੀਆਂ ਤੇ ਦਸਾਂਗੇ ਫੜੀ ਉੱਥੇ ਆਖ ਲੋਤੇ ਤੇ ਆਪਣੀਆਂ ਸਖਣੀਆਂ ਜਈਆਂ ਬੇਰੌਣਕ ਅੱਖਾਂ ਨਾਲ ਹਾਲਦਾਰ ਤੇ ਉਹਦੇ ਤੰਬੂਆਂ ਵੱਲ ਵੇਖਣ ਲੱਗ ਪਏ ਪਰ ਕਿਸੇ ਸ਼ੱਕੀ ਜੇ ਜਜ਼ਬੇ ਸਦਕਾ ਉਹਨਾਂ ਦੇ ਦਿਲ ਦੀ ਧੜਕਣ ਤੇਜ਼ ਹੋਈ ਹੋਈ ਸੀ ਭਰਤੀ ਦੇ ਖਿਆਲ ਨੇ ਉਹਨਾਂ ਨੂੰ ਓਨਾ ਪ੍ਰਭਾਵਿਤ ਨਹੀਂ ਸੀ ਕੀਤਾ ਜਿੰਨਾ ਗੌਣ ਪਾਣੀ ਨੇ ਜਿੱਥੇ ਚਾਰ ਆਦਮੀ ਜੁੜਦੇ ਉੱਥੇ ਉਹਨਾਂ ਦਾ ਖੂਨ ਜੋਸ਼ ਮਾਰਨ ਲੱਗ ਪੈਂਦਾ ਤੇ ਵਿਸਾਖੀ ਦੇ ਮੌਸਮੀ ਭੰਗੜੇ ਝੂਮਰ ਜਾਂ ਲੁੱਡੀ ਉਹਨਾਂ ਨੂੰ ਚੇਤੇ ਆ ਜਾਂਦੇ ਇੱਕ ਹੱਥ ਕੰਨ ਉੱਤੇ ਧਰਿਆ ਹੁੰਦਾ ਦੂਜਾ ਅਸਮਾਨ ਵੱਲ ਕਰਕੇ ਉਹ ਆਈ ਵਿਸਾਖੀ ਤੇ ਗਈ ਵਿਸਾਖੀ ਦਾ ਬੇਮੌਕਾ ਗੀਤ ਗਾਗਾ ਕੇ ਖੜ ਮਸਤੀਆਂ ਮਚਾਉਂਦੇ ਜੱਥੇ ਵਾਲੇ ਗਾ ਰਹੇ ਸਨ ਇੱਥੇ ਤਾਂ ਪਾਨੇ ਟੁੱਟੀਆਂ ਜੁੱਤੀਆਂ ਉੱਥੇ ਮਿਲਣਗੇ ਬੂਟ ਭਰਤੀ ਹੋ ਜਾਵੇ ਭੀੜ 'ਚੋਂ ਇੱਕ ਆਦਮੀ ਗਾਂ ਆਇਆ ਉਹਦੇ ਅੰਦਰਲਾ ਕੋਈ ਸਵਾਲ ਸੁਭਾਵਕੀ ਬੁੱਲਾਂ ਤੇ ਆਉਣ ਲਈ ਮਚਲ ਰਿਹਾ ਸੀ ਹੁਣੇ ਸੰਗਦਿਆਂ ਸੰਗਦਿਆਂ ਬੂਟਾਂ ਵੱਲ ਵੇਖਿਆ ਉਹਦਾ ਮੂੰਹ ਲਾਲਸੂਆ ਹੋ ਗਿਆ ਫਿਰ ਲਾਲੀ ਪੀਲਕ ਵਿੱਚ ਬਦਲ ਗਈ ਤੇ ਉਹ ਬਿਨਾਂ ਕੁਝ ਆਖਿਆ ਪੁੱਛਿਆ ਹੀ ਵਾਪਸ ਚਲਾ ਗਿਆ ਸ਼ਾਇਦ ਉਹਨੇ ਨਿੱਕੇ ਜੀ ਖੁਦਕੁਸ਼ੀ ਕਰ ਲਈ ਸੀ ਤੇ ਜੱਥੇ ਵਾਲਿਆਂ ਦੇ ਵੱਡੇ ਵੱਡੇ ਬੂਟਾਂ ਦਾ ਕਾਲਾ ਪਾਲਿਸ਼ ਚਮਕ ਰਿਹਾ ਸੀ ਮੇਲਾ ਤੇ ਜਹੂਰਾ ਜਿੱਥੇ ਖੜੇ ਸਨ ਉਥੇ ਸੂਰਜ ਦੀਆਂ ਕਿਰਨਾਂ ਬੂਟਾਂ ਦੀ ਪਾਲਿਸ਼ ਤੋਂ ਤਿਲਕ ਤੇ ਦੋਵਾਂ ਦੀਆਂ ਅੱਖਾਂ 'ਚ ਪੈ ਰਹੀਆਂ ਸਨ ਸੂਰਜ ਨੇ ਭਾਵੇਂ ਕੁਛ ਚਿਰ ਪਿਛੇ ਹੀ ਬੱਦਲਾਂ ਔਲੇ ਹੋ ਜਾਣਾ ਸੀ ਜਹੂਰੇ ਨੇ ਆਪਣੀ ਗਾਮਾਸ਼ਾਈ ਬੂਟਾਂਵਲ ਦੇਖਿਆ ਉਹ ਕਾਫੀ ਪੁਰਾਣੇ ਹੋ ਚੁੱਕੇ ਸਨ ਤੇ ਲੋਬੀਏ ਦੇ ਕਿਾਰੇ ਚੋਂ ਲੰਘਣ ਸਦਕਾ ਉਹਨਾਂ ਵਿੱਚ ਤੇ ਚਿੱਕੜ ਲੱਗਿਆ ਹੋਇਆ ਸੀ ਗਿੱਲੀ ਮਿੱਟੀ ਦੀ ਭੂਸਲੀ ਜੀ ਚਮਕ ਜਹੂਰੇ ਦੀਆਂ ਅੱਖਾਂ 'ਚ ਰੜਕਣ ਲੱਗ ਪਈ ਤੇ ਉਹ ਚਿੱਕੜ ਉਹਨੂੰ ਕਿਸੇ ਅਸੀਮ ਅਫਰੀਕੀ ਦਲਦਲ ਵਾਂਗ ਜਾਪਿਆ ਜਿਸ ਵਿੱਚ ਇੱਕ ਵਾਰੀ ਫਸ ਜਾਏ ਤਾਂ ਨਿਕਲ ਸਕਣਾ ਮੁਹਾਲ ਹੁੰਦਾ ਹੈ ਭੀੜ ਦੇ ਪਿਛਲੇ ਪਾਸੇ ਖੂਹੀ ਕੋਲ ਰੱਖੋ ਅਚਾਰੀਆਂ ਆਪਣਾ ਨਿੱਕਾ ਬਾਲ ਚੁੱਕੀ ਖੜੀ ਸੀ ਉਹਨੇ ਮਾਨੀ ਮਨ ਇਹ ਕਾਲੇ ਬੂਟ ਆਪਣੇ ਚਾਰਜ ਦੇ ਪਾਏ ਦੇਖੇ ਭਾਵੇਂ ਉਹਨਾਂ ਦਾ ਇੱਕ ਠੁੱਡਾ ਵੀ ਨਹੀਂ ਸੀ ਚੱਲਣ ਜੋਗੀ ਸਭ ਗੱਲਾਂ ਠੀਕ ਸਨ ਪਰ ਬੂਟਾਂ ਦੇ ਸੁਹੱਪਣ ਤੋਂ ਮੁਨਕਰ ਨਹੀਂ ਸੀ ਹੋਇਆ ਜਾ ਸਕਦਾ ਜੱਥੇ ਵਾਲਿਆਂ ਦਾ ਘਰਾਟ ਰਾਗ ਜਾਰੀ ਸੀ ਇੱਥੇ ਤੇ ਪਾਨਾਂ ਹੀ ਵਗਦੀਆਂ ਲੀਰਾਂ ਉੱਥੇ ਮਿਲਣਗੇ ਸੂਟ ਭਰਤੀ ਹੋ ਜਾਵੇ ਇੱਥੇ ਤੇ ਖਾਨਾ ਹੈ ਗਾਜਰ ਮੁੱਲੀ ਉੱਥੇ ਮਿਲਣਗੇ ਫਰੂਟ ਭਰਤੀ ਹੋ ਜਾਵੇ ਅਸਮਾਨ ਉੱਤੇ ਬੱਦਲ ਤੈਰ ਰਹੇ ਸਨ ਤੇ ਸੂਰਜ ਹਵਾ ਦੀ ਕਟਾਰ ਨੂੰ ਖੁੰਡਿਆਂ ਕਰਨ ਲਈ ਪੂਰਾ ਢਿੱਲ ਲਾ ਰਿਹਾ ਸੀ ਪਿੰਡ ਵਾਲੇ ਆਪਣੇ ਅੱਧ ਨੰਗੇ ਪਿੰਡਿਆਂ ਨੂੰ ਟੱਕਦੇ ਹੋਏ ਜੱਥੇ ਵਾਲਿਆਂ ਦੇ ਗਰਮ ਕੱਪੜਿਆਂ ਤੇ ਉਹਨਾਂ ਨਾਲ ਖਚਰਾ ਖੋਤਿਆਂ ਉੱਤੇ ਲੱਦੀ ਰਸਦ ਨੂੰ ਬੜੀਆਂ ਲਾਲਚੀ ਨਜ਼ਰਾਂ ਨਾਲ ਵੇਂਦੇ ਹੋਏ ਆਪਣੇ ਮੂੰਹ ਚਾ ਰਹੇ ਪਾਣੀ ਦੇ ਵੱਡੇ ਵੱਡੇ ਘੁੱਟ ਅੰਦਰ ਲੰਘਾ ਰਹੇ ਸਨ ਪਹਾੜ ਵਾਲੇ ਪਾਸਿਓਂ ਧੂੜ ਦਾ ਇੱਕ ਬੱਦਲ ਉੱਠਿਆ ਜੋ ਵਹਿੰਦਿਆਂ ਵਹਿੰਦਿਆਂ ਸਾਰੇ ਪਿੰਡ ਦੇ ਅਸਮਾਨ ਤੇ ਛਾ ਗਿਆ ਭੀੜ ਚੋਂ ਕਈ ਆਦਮੀਆਂ ਨੇ ਅਸਮਾਨ ਵੱਲ ਦੇਖਿਆ ਪਰ ਉਹਨਾਂ ਦੀ ਸਮਝ ਕੁਛ ਨਾ ਆਇਆ ਉਹ ਫੇਰ ਹੌਲਦਾਰ ਦੀ ਟੋਨਿਕ ਤੇ ਸਿਪਾਈਆਂ ਦੀਆਂ ਬਰਾਂਡੀਆਂ ਵੱਲ ਦੇਖਣ ਲੱਗ ਪਏ ਪਿੰਡ ਦਾ ਇੱਕੋ ਇੱਕ ਸਫੈਦਾ ਲਿਫ ਲਿਫ ਕੇ ਨਿੱਕੀਆਂ ਟਾਲੀਆਂ ਨਾਲ ਖੁਸਰ-ਮੁਸਰ ਕਰ ਰਿਹਾ ਸੀ ਸਿਪਾਈ ਪਰਦਮਨ ਸਿੰਘ ਨੇ ਹਿਆਤੇ ਨੂੰ ਕਿਹਾ ਭਰਤੀ ਅਫਸਰ ਆ ਰਿਹਾ ਹੈ ਸ਼ਾਇਦ ਹਿਆਤੇ ਨੂੰ ਉਹਦੀ ਗੱਲ ਦੀ ਸਮਝ ਨਹੀਂ ਸੀ ਆਈ ਸ਼ਾਇਦ ਉਹਨੇ ਉੰਜੀ ਧੌਣ ਹਿਲਾਤੀ ਤੇ ਆਪਣੀ ਹੁੱਟਵੀਂ ਜੀ ਭੈੜੀ ਆਵਾਜ਼ ਸੁਗਾਉਂਦਾ ਰਿਹਾ ਸੀ ਇੱਥੇ ਤਾਂ ਮਿਲਦਾ ਹੈ ਦਤਰੀ ਰੰਬਾ ਉੱਥੇ ਮਿਲੂਗੀ ਬੰਦੂਕ ਭਰਤੀ ਹੋ ਜਾਵੇ ਹੋਂਦ ਤੋਂ ਪਹਿਲਾਂ ਪਿੰਡ ਦੇ ਬੰਦਿਆਂ ਦਾ ਧਿਆਨ ਢਿੱਡ ਤੇ ਤਨ ਦੇ ਸੁੱਖਾਂ ਵੱਲ ਸੀ ਪਰ ਸ਼ਬਦ ਬੰਦੂਕ ਨੇ ਉਹਨਾਂ ਦੇ ਦਿਮਾਗਾਂ 'ਚ ਇੱਕ ਸੰਜੀਦਗੀ ਤੇ ਫਤਿਹ ਦਾ ਅਹਿਸਾਸ ਭਰ ਦਿੱਤਾ ਬੰਤਾ ਸਿੰਘ ਨੇ ਪਿਛਲੀ ਚਮਾਈ 'ਚ ਚਾਰ ਵਾਰੀ ਮੋਗਾ ਬੰਦ ਕੀਤਾ ਸੀ ਤੇ ਮੇਲਾ ਸਿੰਘ ਉਹਨੂੰ ਜਾਨੋਂ ਮਾਰ ਸਕਦਾ ਸੀ ਜਹੂਰਾ ਆਪਣੀ ਤੀਵੀਂ ਦੇ ਆਸ਼ਕ ਤੋਂ ਬਦਲਾ ਲੈ ਸਕਦਾ ਸੀ ਬਚਪਨ ਵਿੱਚ ਕਾਵਾਂ ਦੇ ਆਲ ਨੇ ਟੌਣ ਵੀਰ ਬੋਟੀਆਂ ਦਾ ਤੇਲ ਕੱਢਣ ਤੇ ਮਕੌੜਿਆਂ ਨੂੰ ਜੁੱਤੀ ਹੇਟ ਮਿੱਦਣ ਵਾਲੀਆਂ ਪ੍ਰਵਿਰਤੀਆਂ ਇਸ ਉਮਰ ਵਿੱਚ ਆਪਣੇ ਹਮ ਜਨਸ ਨੂੰ ਮਾਰ ਮੁਕਾਉਣ ਦੇ ਜਨੂਨ ਤੱਕ ਪੱੜ ਗਈਆਂ ਸਨ। ਉਹ ਕਾਫੀ ਚਿਰ ਸਿੰਘ ਸੰਘ ਪਾੜਦੇ ਰਹੇ ਤੇ ਫਿਰ ਜਦੋਂ ਠੰਡੇ ਹੋ ਗਏ ਤਾਂ ਹਵਾਲਦਾਰ ਨੇ ਲੱਛੂ ਨੂੰ ਕੁਝ ਬੋਲਣ ਲਈ ਕਿਹਾ। ਲੱਛੂ ਕਿੱਧਰ ਲੱ ਬੁਲਾਰਾ ਸੀ ਭਲਾ। ਉਹਨੇ ਉਹ ਕੁਝ ਉਲਜਲੂਲ ਬੋਲਿਆ ਜਿਹੜਾ ਜੱਥੇ ਵਾਲਿਆਂ ਨੇ ਭਰਤੀ ਗੀਤ ਵਜੋਂ ਸੁਣਾਇਆ ਸੀ। ਤੇ ਬਹੁਤਾ ਜ਼ੋਰ ਇਸ ਗੱਲ ਤੇ ਦਿੱਤਾ ਕਿ ਉੱਥੇ ਦੁਨੀਆਂ ਦੀ ਹਰ ਇੱਕ ਸ਼ੈ ਮਿਲਦੀ ਹੈ। ਪਰ ਲੱਛੂ ਇਹਨਾਂ ਮੂਰਖ ਵੀ ਨਹੀਂ ਸੀ ਕਿ ਉਹ ਗੱਲਾਂ ਦੁਹਰਾ ਕੇ ਚੁੱਪ ਕਰ ਜਾਂਦਾ ਉਹਨੇ ਮਦਰਸੇ ਦੀ ਥੋਰ ਦੀ ਵਾਰਡ ਲਾਗੇ ਖੜੀ ਬੁੱਢੀ ਵੱਲ ਇਸ਼ਾਰਾ ਕਰਕੇ ਇਹ ਗੱਲ ਵੀ ਆਖੀ ਯਕੀਨ ਨਹੀਂ ਤਾਂ ਪੁੱਛੋ ਜਿਉਣੇ ਦੀ ਬੇਬੇ ਨੂੰ ਵੀ ਇਹਨੂੰ ਚੜੇ ਮਹੀਨੇ 10 ਰੁਪਈਆ ਦਾ ਨੀਲਾ ਮਨੀ ਆਰਡਰ ਨਹੀਂ ਆਉਂਦਾ ਜਿਉਣੇ ਦੀ ਬੇਬੇ ਦੇ ਅੰਦਰ ਜਿਵੇਂ ਕੁਝ ਰਿੱਜਣ ਲੱਗ ਪਿਆ ਉਹਨੇ ਕੁਝ ਆਖਣਾ ਚਾਹਿਆ ਪਰ ਅਰੇ ਹੂੰ ਹਾਂ ਹੰਗ ਦੀਆਂ ਆਵਾਜ਼ਾਂ ਪਿੱਛੇ ਹੀ ਆਪਣਾ ਗਲਾ ਮਲਣ ਲੱਗ ਪਈ ਉਹਦੇ ਗਲੇ 'ਚ ਬਲਗਮ اٹਕ ਗਈ ਸੀ ਔਰਤਾਂ ਤੇ ਮਰਦਾਂ ਦੇ ਖਿਆਲਾਂ 'ਚ ਰੁਪਈਆ ਦੀ ਸਫੈਦੀ ਤੇ ਮਨੀ ਆਰਡਰ ਦੀ ਨੀਲੀ ਭਾਰ ਰਲਗੱਡ ਹੋ ਗਈ। ਉਹਨਾਂ ਦੇ ਕੰਨਾਂ 'ਚ ਭਰਤੀ ਗੀਤ ਤੇ ਜਿਉਣੇ ਦੀ ਮਾਂ ਦੀ ਅਰੇ ਹੋ ਆਹੰ ਗੁੱਥਮ ਗੁੱਥਾ ਹੋ ਰਹੇ ਸਨ। ਅਸਮਾਨ ਦੀ ਹਨੇਰੀ ਕੁਝ ਹੋਰ ਸੰਗਣੀ ਹੋ ਗਈ। ਖੜਪ ਖੜਪ ਦੀਆਂ ਆਵਾਜ਼ਾਂ ਆਉਣ ਲੱਗੀਆਂ ਜਿਵੇਂ ਅਣਗਿਣਤ ਪੈਰੋ ਤਾਂ ਉੱਠ ਕੇ ਇੱਕਸਾਰ ਜ਼ਮੀਨ ਤੇ ਵੱਜ ਰਹੇ ਹੋਣ। ਸਿਪਾਈ ਹਿਆਤੇ ਨੇ ਖੂਨ ਦੇ ਚਬੂਤਰੇ ਤੇ ਚੜ ਕੇ ਦੱਖਣ ਵੱਲ ਦੇਖਿਆ। ਜਰਨੈਲੀ ਸੜਕ ਉੱਤੇ ਦੂਰ ਦੂਰ ਤੱਕ ਕੁਝ ਵੀ ਨਹੀਂ ਸੀ ਦਿਖ ਰਿਆ ਭਰਤੀ ਅਫਸਰ ਦੀ ਮੋਟਰ ਹੁੰਦੀ ਤਾਂ ਬੜਾ ਚਿਰ ਪਹਿਲਾਂ ਹੀ ਰੰਗ ਪੁਰ ਪਹੁੰਚ ਗਈ ਹੁੰਦੀ ਦੂਰ ਸੜਕ ਉੱਤੇ ਇੱਕ ਬਿੰਦੂ ਜਿਹਾ ਦਿਖਦਾ ਸੀ ਜਿਹੜਾ ਹਰ ਪਲ ਫੈਲਦਾ ਜਾ ਰਿਹਾ ਸੀ ਡੋਗਰਾ ਹਾਲਦਾਰ ਨੇ ਰਜਿਸਟਰ ਖੋਲਿਆ ਤੇ ਠੋਡੀ ਤੇ ਹੱਥ ਰੱਖ ਕੇ ਲਿਖਣ ਲਈ ਤਿਆਰ ਬਰਤਿਆਰ ਬੈਠ ਗਿਆ ਪਰ ਦੂਰੋਂ ਆਉਂਦੀ ਬੈਂਡ ਦੀ ਗੂੰਜ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਜਰਨੈਲੀ ਸੜਕ ਉੱਤੇ ਉਹ ਬਿੰਦੂ ਕਾਫੀ ਵੱਡਾ ਹੋ ਗਿਆ ਸੀ ਕੁਝ ਚਿਰ ਬਾਅਦ ਹੀ ਲੋਕਾਂ ਨੂੰ ਅਗਲੇ 4 ਬੰਦੇ ਸਾਫ਼ ਦਿਸਣ ਲੱਗ ਪਏ ਤੇ ਉਹਨਾਂ ਪਿੱਛੇ ਹੋਰ ਵੀ ਵੱਡੇ ਆਦਮੀ ਸਨ ਤੇ ਫਿਰ ਸਾਰੇ ਦੀ ਸਾਰੀ ਪਲਟਣੀ ਦਿਸਣ ਲੱਗ ਪਈ ਲੈਫਟ ਰਾਈਟ ਲੈਫਟ ਰਾਈਟ ਲੈਫਟ ਰਾਈਟ ਲੈਫਟ ਰਾਈਟ ਦੀ ਆਵਾਜ਼ਾਂ ਉਨਲੈਗ ਪਈਆਂ ਪਤਲੀ ਜੀ ਢੂੜ ਦੀ ਚਾਦਰ ਸਾਰੇ ਰੰਗਪੁਰ ਉੱਤੇ ਛਾ ਗਈ ਸਿਪਾਈ ਪਿੰਡ ਦੇ ਲੋਕਾਂ ਵੱਲ ਵਹਿੰਦੇ ਹੋਏ ਜਰਨਲਿਸਟ ਸੜਕ ਉੱਤੇ ਤੁਰੇ ਜਾ ਰਹੇ ਸਨ ਉਹਨਾਂ ਦੇ ਪਿੱਛੋਂ ਖੱੱਚਰ ਤੇ ਨਿੱਕੀਆਂ ਨਿੱਕੀਆਂ ਗੱਡੀਆਂ ਲੰਘੀਆਂ ਵਿਚਾਲੇ ਇੱਕ ਵੱਡਾ ਸਾਰਾ ਅਸਤਾਰਿਕ ਭਾਰੇ ਰੇੜੇ ਨੂੰ ਖਿੱਚ ਰਿਆ ਸੀ ਉਹਨਾਂ ਗੱਡੀਆਂ ਤੇ ਛਕੜਿਆਂ 'ਚ ਸ਼ਾਇਦ ਰਸਦ ਸੀ ਫਿਰ ਕੋਈ ਡੇਢ ਕੁਫਰ ਲੰਗ ਲੰਮੀ ਸਪਾਈਆਂ ਦੀ ਕਤਾਰ ਸੀ ਉਹਨਾਂ ਦੀਆਂ ਹਿੱਕਾਂ 'ਤੇ ਤਮਗੇ ਲੱਗੇ ਹੋਏ ਸਨ ਤੇ ਮੋਢਿਆਂ 'ਤੇ ਫੀਤੀਆਂ ਕਿਸੇ ਕਿਸੇ ਦੇ ਧਾਤ ਦੇ ਬਣੇ ਸਤਾਰੇ ਤੇ ਤਾਜ ਵੀ ਲੈਫਟ ਰਾਈਟ ਲੈਫਟ ਰਾਈਟ ਫੌਜ ਲੱਗਦੀ ਰਹੀ ਪੈਰਾਂ ਦੇ ਨਾਲ-ਨਾਲ ਉਹਨਾਂ ਦੀਆਂ ਬਾਹਾਂ ਵੀ ਇੱਕ ਸਾਰ ਗਾਂ ਪਛਾਂ ਜਾਂਦੀਆਂ ਸਨ ਸੂਰਜ ਨਿਕਲਿਆ ਤਾਂ ਹਵਾ ਕੁਝ ਹੋਰ ਤੇਜ਼ ਚੱਲਣ ਲੱਗ ਪਈ ਪਰ ਆਦਮੀ ਇਹਦੇ ਸੁ ਵੱਧ ਰਏ ਹੜ ਨੂੰ ਕੋਈ ਬਰੋਲਾ ਜਾਂ ਕੋਈ ਚਖੇੜਾ ਨਹੀਂ ਸੀ ਰੋਕ ਸਕਦਾ ਪਲਟਨ ਦੇ ਆਦਮੀ ਕਿਸੇ ਦੂਰ ਦੇ ਇਲਾਕੇ ਦੇ ਜਾਪਦੇ ਸਨ ਉਹਨਾਂ ਦਾ ਰੰਗ ਕਾਲਾ ਸੀ ਕੱਦ ਮਧਰੇ ਸਨ ਦੱਖਣ ਚ ਕਿਤੇ perties ਹੋਏ ਹੋਣਗੇ ਦੋ ਵਰੇ ਇराक ਚ ਰੱਖ ਕੇ ਉਹਨਾਂ ਨੂੰ ਪੰਜਾਬ ਚ ਤਬਦੀਲ ਕਰ ਦਿੱਤਾ ਗਿਆ ਹੋਏਗਾ ਤੇ ਹੁਣ ਉਹਨਾਂ ਨੂੰ ਕਦੀ ਪਸ਼ਾਵਰ ਕਦੀ ਸਿਆਲਕੋਟ ਕਦੀ ਲਾਹੌਰ ਕਦੀ ਜੇਲਮ ਪੇਜ ਦਿੱਤਾ ਜਾਂਦਾ ਹੈ ਉਹ ਹਮੇਸ਼ਾ ਕਦੀ ਗੱਡੀ ਚ ਤੇ ਕਦੀ ਪੈਦਲ ਕਿਸੇ ਅਣਜਾਣ ਮੁਹਾਜਵਲ ਵੱਧਦੇ ਹੀ ਰਹਿੰਦੇ ਨੇ ਪਲਤੰਦਾ ਆਖਰੀ ਸਿਰਾ ਰੰਗਪੁਰ ਦੇ ਵਾਸੀਆਂ ਸਾਹਮਣੇ ਉਲੰਘ ਰਿਹਾ ਸੀ ਪਿਛਲੀਆਂ ਕਤਾਰਾਂ 'ਚ ਇੱਕ ਸਿਪਾਹੀ ਨੇ ਆਪਣੇ ਸਾਥੀ ਨਾਲ ਖੁਸਰ-ਫੁਸਰ ਕੀਤੀ ਤੇ ਆਪਣੇ ਜਮਾਦਾਰ ਦੀਆਂ ਨਜ਼ਰਾਂ ਤੋਂ ਬਚਦਾ ਬਚਾਉਂਦਾ ਸੜਕ ਤੋਂ ਹੇਠਾਂ ਉਤਰ ਆਇਆ ਉਹਦਾ ਜਿਸਮ ਨਿਰਾਂ ਹੱਡੀਆਂ ਦਾ ਪਿੰਜਰ ਜਾਪਦਾ ਸੀ ਚਿਹਰੇ ਉੱਤੇ ਮੌਸਮ ਦੇ ਪ੍ਰਤੀਕਰਮ ਸਾਫ ਉਕਰੇ ਸਨ ਉਮਰ ਦੇ ਲਿਹਾਜ਼ ਨਾਲ ਨਾ ਨੌਜਵਾਨ ਸੀ ਨਾ ਬੁੱਢਾ ਕਤਾਰ 'ਚੋਂ ਬਾਹਰ ਆ ਕੇ ਉਹਨੇ ਆਪਣੀਆਂ ਚੁੰਦੀਆਂ ਅੱਖਾਂ ਉੱਤੇ ਹੱਥ ਰੱਖ ਕੇ ਬੜੇ ਗੌਰ ਨਾਲ ਖੂਈ ਬਾਲ ਦੇਖਿਆ ਜਿੱਥੇ ਰੱਖੋ ਆਚਾਰੀਆ ਬੱਚਾ ਚੁੱਕੀ ਖੜੀ ਸੀ ਉਹਨਾਂ ਸਕੇ ਰੱਖੋ ਕੋਲ ਪਹੁੰਚਿਆ ਤੇ ਬੋਲਿਆ ਅੰਮਾ ਕਿ ਤੂੰ ਆਪਣਾ ਇਹ ਬਾਲ ਮੈਨੂੰ ਫੜਾ ਸਕਦੀ ਹੈ ਰੱਖੋ ਭਵੱਤਰ ਗਈ ਉਹਨੇ ਆਪਣੇ ਚਾਹੀ ਪਾਸੀ ਦੇਖਿਆ ਸਿਰਫ ਬਿੰਦ ਕ ਲਈ ਅੰਮਾ ਸਿਪਾਈ ਨੇ ਮਿੰਨਤ ਕੀਤੀ ਸੀ ਬਿੰਦ ਕ ਲਈ ਤੇ ਰੱਖੋ ਨੇ ਕੰਨੂ ਮੱਛੀ ਵਾਂਗ ਕੁੜਾ ਮਲੈਮ ਬੱਚਾ ਉਹਦੇ ਕੰਬ ਦੇ ਹੱਥਾਂ ਤੇ ਰੱਖ ਦਿੱਤਾ ਸੀ ਬਿੰਦ ਦਾ ਬਿੰਦ ਜਿਵੇਂ ਉਹ ਸਿਲ ਪੱਥਰ ਹੀ ਹੋ ਗਿਆ ਸੀ ਤੇ ਬਗੈਰ ਅੱਖਾਂ ਝਪ ਕੇ ਬੱਚੇ ਵੱਲ ਦੇਖਦਾ ਰਿਹਾ ਸੀ ਜਿਵੇਂ ਬੱਚੇ ਦੇ ਪਿੰਡੇ ਦੇ ਸਧਾਰਨ ਨਿਗ ਸਦਕਾ ਹੀ ਉਹਦੇ ਅਹਿਸਾਸ ਜਾਰੀ ਸਨ ਉਹਨੇ ਬੱਚੇ ਨੂੰ ਚੁੰਮਿਆ ਆਪਣੀ ਹਿੱਕ ਨਾਲ ਲਾਇਆ ਉਹਦਾ ਰੋਣ ਨਿਕਲ ਗਿਆ ਬੱਚਾ ਮਾਂ ਨੂੰ ਫੜਾ ਕੇ ਫਿਰ ਸਪਾਈਆਂ ਨਾਲ ਜਾ ਰਲਣ ਲਈ ਡਿੱਗਦਾ ਟੈਂਦਾ ਹੋਇਆ ਨਸ ਗਿਆ ਧੰਨਵਾਦ